ਸੁਣਿਓ ਸੁਣਿਓ ਤਬੀਬੋ, ਇਲਾਜ ਦੱਸੋ। ਸੁਣੋ ਕਿ ਬਹੁਤੇ ਵਿਚਿਰ ਦੀ ਗੱਲ ਨਹੀਂ ਕਿ ਮੇਰੇ ਪੁਰਖਾਂ ਨੇ ਇਸ ਧਰਤੀ 'ਤੇ ਸੁਰ ਖਿਲਾਰੇ ਮੁਹੱਬਤਾਂ ਦੇ, ਅਤੇ ਮੇਰੇ ਵੱਡਿਆਂ ਨੇ ਆਸਮਾਨਾਂ 'ਤੇ ਅੱਖਰਾਂ ਦੀ ਹਸੀਨ ਸਪਤਕ ਉਲੀਕ ਦਿੱਤੀ, ਅਤੇ ਹੁਣ ਕਬੀਲੇ ਦੀ ਹੋਂਦ ਮੇਰੇ ਬਹਾਰ ਜੁੱਸੇ 'ਤੇ ਆ ਗਈ ਹੈ। ਸੁਣੋ ਤਬੀਬੋ, ਅਜੀਬ ਰੋਗ ਏ ਕਿ ਮੇਰੇ ਪੁਰਖਾਂ ਨੇ ਜੋ ਸੁਰੀਲੀ ਜ਼ੁਬਾਨ ਬਖਸ਼ੀ ਸੀ ਮੇਰੇ ਤਾਲੂ ਦੇ ਹੇਠ ਚਿਰ ਤੋਂ ਮਰੀ ਪਈ ਏ, ਅਤੇ ਇਸ ਮੁਰਦਾ ਜ਼ੁਬਾਨ ਵਿੱਚੋਂ ਦੀ ਪੁੰਗਰੀ ਏ ਜ਼ੁਬਾਨ ਦੂਜੀ ਜੋ ਬੋਲਦੀ ਹੈ ਕਿਸੇ ਬਗਾਨੇ ਜਿਹੇ ਕਬੀਲੇ ਦੀ ਕੋਈ ਭਾਸ਼ਾ। ਅਜੀਬ ਰੋਗ ਏ ਕਿ ਮੇਰੇ ਤਾਲੂ ਦੇ ਹੇਠ ਕੋਈ ਬਗਾਨੀ ਰਹਿਤਲ ਬਣਾ ਕੇ ਰੁੱਡਾਂ 'ਤੇ ਆ ਵੜੀ ਏ, ਅਤੇ ਆਸਮਾਨਾਂ ਤੋਂ ਮੇਰੇ ਪੁਰਖਾਂ ਦੀ ਲੀਕੀ ਸਪਤਕ ਇਸ ਧਰਤੀ 'ਤੇ ਚੋਰ ਹੀ ਏ, ਅਤੇ ਆਸਮਾਨਾਂ ਤੋਂ ਮੇਰੇ ਪੁਰਖਾਂ ਦੀ ਲੀਕੀ ਸਪਤਕ ਦੀ ਵੀ ਇਸ ਧਰਤੀ 'ਤੇ ਚੋਰ ਹੀ ਹੈ। ਕਬੀਲੇ ਵਾਲੇ ਸਮਝ ਰਹੇ ਨੇ ਕਿ ਹੋ ਰਹੀ ਹੈ ਸੁਰਾਂ ਦੀ ਬਾਰਿਸ਼। ਕਬੀਲੇ ਵਾਲੇ ਸਮਝ ਰਹੇ ਨੇ ਕਿ ਹੋ ਰਹੀ ਹੈ ਸੁਰਾਂ ਦੀ ਬਾਰਿਸ਼। ਅਜੀਬ ਰੋਗ ਏ ਕਿ ਮੈਂ ਜੋ ਪਾਤਰ ਸਾਂ ਬਣ ਕੇ ਦਰਸ਼ਕ 'ਤੇ ਵੇਖਣਾ ਵਾਂ ਕਿ ਇਸ ਧਰਤੀ 'ਤੇ ਮੇਰੇ ਪੁਰਖਾਂ ਦੀ ਹੋਂਦ ਅੱਡੀਆਂ ਰਗੜ ਰਹੀ ਹੈ। ਸੁਣੋ ਤਬੀਬੋ, ਅਜੀਬ ਰੋਗ ਏ, ਸਮਝ ਨਾ ਆਵੇ, ਜੇ ਹੋ ਸਕੇ ਤਾਂ ਬਚਾਓ ਮੈਨੂੰ, ਇਲਾਜ ਦੱਸੋ ਕੋਈ, ਤੇ ਮੇਰਾ ਇਲਾਜ ਦੱਸੋ।